ਰੈਡੀ ਪੰਜਾਬੀ ਡਿਕਟੇਸ਼ਨ ਸਪੀਡ ਸੌ ਸਟਾਰਟ ਕਦੇ-ਕਦੇ ਲੱਗਦਾ ਹੈ ਕਿ ਇਕਾਂਤਵਾਸ ਲਫ਼ਜ਼ ਕੁਝਕ ਸਾਲ ਪਹਿਲਾਂ ਭਾਸ਼ਾ ਵਿੱਚ ਕਿਉਂ ਵਰਤਿਆ ਜਾਂਦਾ ਹੋਵੇਗਾ ਪ੍ਰਸ਼ਨ ਚਿੰਨ ਅਜਿਹੀ ਕੋਈ ਲੋੜ ਪਹਿਲਾਂ ਵੀ ਪਈ ਹੋਵੇਗੀ ਪ੍ਰਸ਼ਨ ਚਿੰਨ ਇਨਸਾਨ ਹੋ ਕੇ ਸਿਰਫ ਗੈਰ ਇਨਸਾਨੀ ਵਸਤਾਂ ਦੇ ਆਸਰੇ ਰਹੀ ਜਾਣਾ ਡੰਡੀ ਸੋ ਇਨਸਾਨਾਂ ਤੋਂ ਇਸ ਸਮੇਂ ਵਿੱਚ ਦੂਰੀ ਹੀ دارو ਜਿਹਾ ਕੰਮ ਕਰ ਰਹੀ ਹੈ ਡੰਡੀ ਬਹੁਤ ਸਾਰੇ ਪਹੁੰਚੇ ਹੋਏ ਮਨੁੱਖ ਇਕਾਂਤ ਵਾਸ ਲਈ ਸਿਆਸੀ ਕਾਰਨਾ ਕਰਕੇ ਢੱਕੇ ਜਾਂਦੇ ਰਹੇ ਡੰਡੀ ਇਹ ਇਕਤਰਾਂ ਨਾਲ ਸਜ਼ਾ ਵੀ ਸੀ ਤੇ ਸਨਮਾਨ ਵੀ ਡੰਡੀ ਇਕਾਂਤ ਵਾਸ ਦੀ ਹੀ ਉਪਜ ਕਿੰਨੇ ਕਿਸਮ ਦੇ ਇਤਿਹਾਸਕ ਗ੍ਰੰਥ ਸਿਆਸੀ ਸਫਰਨਾਮੇ ਅਤੇ ਸਾਹਿਤ ਬਣੇ ਹਨ ਡੰਡੀ ਲੋਕਾਂ ਨੇ ਆਪਣੀ ਗੁਫਤਗੂ ਜਾਰੀ ਰੱਖੀ ਡੰਡੀ ਕਿਸੇ ਨੂੰ ਮੁਖਾਤਬ ਹੋ ਕੇ ਨਾ ਸਹੀ ਕਾਗਜ਼ ਤੇ ਹੀ ਸਹੀ ਡੰਡੀ ਫਿਰ ਵੀ ਦੁਨੀਆ ਨਾਲ ਇੱਕ ਰابطਾ ਬਣਿਆ ਰਹਿਣਾ ਜ਼ਰੂਰੀ ਸੀ ਡੰਡੀ ਹੁਣ ਵੀ ਸ਼ਾਇਦ ਇਹੋ ਹੀ ਯਤਨ ਹੈ ਕਿ ਮਹਾਮਾਰੀ ਨੂੰ ਕਿਸੇ ਤਰੀਕੇ ਨਾਲ ਨਜਿੱਠ ਲਈਏ ਤਾਂ ਕਿ ਇਸ ਵਕਫੇ ਉਪਰੰਤ ਉਹ ਜਿਹਾ ਹੀ ਰابطਾ ਬਣਿਆ ਰਹੇ ਜੋ ਇਸ ਖਤਰੇ ਤੋਂ ਪਹਿਲਾਂ ਸੀ ਡੰਡੀ ਕੁਦਰਤ ਨੇ ਆਪਣੇ ਢੰਗ ਨਾਲ ਸਿਖਾਉਣਾ ਤਾਂ ਹੋਇਆ ਹੀ ਕਿ ਖੇਲਵਾੜ ਕਿੰਨਾ ਮਹਿੰਗਾ ਪੈਂਦਾ ਹੈ ਡੰਡੀ ਅਨੁਸ਼ਾਸਨ ਤੇ ਸਵਰ ਦੋਵੇਂ ਹੀ ਕੁੰਜੀਆਂ ਅਹਿਮ ਹਨ ਡੰਡੀ ਇਸ ਦੀ ਮਿਹਰ ਦੇ ਹੱਕਦਾਰ ਬਣੇ ਰਹਿਣ ਖਾਤਰ ਇੱਕ ਅਫਵਾਹ ਇਹ ਵੀ ਪ੍ਰਚਲਿਤ ਸੀ ਕਿ ਇਟਲੀ ਵਿੱਚ ਵੈਨਜ਼ੁਆਲਾ ਵਿਖੇ ਲੋਕਾਂ ਨੇ ਪੈਸੇ ਸੜਕਾਂ ਤੇ ਸੁੱਟੇ ਕਿਉਂਕਿ ਬਿਮਾਰੀ ਨਾਲ ਪੈਸਾ ਲੜਨ ਨੂੰ ਅਸਮਰਥ ਸੀ ਡੰਡੀ ਹੈ ਭਾਵੇਂ ਅਫਵਾਹ ਹੀ ਸੀ ਪਰ ਸਚਾਈ ਦੇ ਕਿੰਨੇ ਨੇੜੇ ਡੰਡੀ ਜਦੋਂ ਕਿਤੇ ਕਿਸੇ ਕਿਸਮ ਦਾ ਕਹਿਰ ਵਰਦਾ ਹੈ ਪਦਾਰਥ ਤੇ ਦੌਲਤ ਬਿਲਕੁਲ ਮਿੱਟੀ ਹੋ ਜਾਂਦੇ ਹਨ ਡੰਡੀ ਸੋਚੋ ਜਿੰਨਾ ਖਿਲਵਾੜ ਆਪਾਂ ਕੁਦਰਤ ਨਾਲ ਕੀਤਾ ਹੈ ਉਸ ਦਾ ਨਤੀਜਾ ਕਿੰਨਾ ਕਨੌਣਾ ਹੋ ਸਕਦਾ ਹੈ ਡੰਡੀ ਜੇਕਰ ਪੀਨ ਵਾਲੇ ਪਾਣੀ ਵਿੱਚ ਹੀ ਜ਼ਹਿਰ ਘੁਲ ਗਿਆ ਤਾਂ ਜ਼ਿੰਦਗੀ ਦੀ ਕਿਸੇ ਚੀਜ਼ ਦਾ ਕੀ ਮੁੱਲ ਰਹਿ ਜਾਵੇਗਾ ਪ੍ਰੇਸ਼ੰਚਨ ਜੇਕਰ ਵਾਤਾਵਰਨ ਹੀ ਪ੍ਰਦੂਸ਼ਿਤ ਰਿਹਾ ਤਾਂ ਗੱਡੀਆਂ ਕੋਠੀਆਂ ਕੋਲ ਇਸ ਦਾ ਕੀ ਹੱਲ ਹੈ ਪ੍ਰੇਸ਼ਣ ਚਿੰਨ ਜੇਕਰ ਹਵਾ ਵਿੱਚ ਪ੍ਰਦੂਸ਼ਣ ਵੱਧ ਗਿਆ ਬਿਮਾਰੀਆਂ ਦਾ ਪੈਸੇ ਨੇ ਕੀ ਤੋੜ ਕੱਢ ਲੈਣਾ ਪ੍ਰੇਸ਼ਣ ਚਿੰਨ ਸਭ ਤੋਂ ਕੀਮਤੀ ਨਿਯਮਤਾ ਅੱਜ ਵੀ ਕੁਦਰਤ ਦੀਆਂ ਦੇਣਾ ਹਨ ਡੰਡੀ ਬਾਕੀ ਤਾਂ ਇਨਸਾਨੀ ਮਨ ਪਰ ਚਾਵੇ ਹਨ ਉਹ ਵੀ ਵਕਤੀ ਡੰਡੀ ਇੰਨੀ ਘਟ ਬੁੱਧੀ ਦਾ ਸਬੂਤ ਦੇ ਰਹੀ ਹੈ ਮਾਨਵਤਾ ਜ਼ਿੰਦਗੀ ਜਿਉਨ ਦਾ ਢੰਗ ਭਲਾ ਕੇ ਡੰਡੀ ਜਿੱਥੋਂ ਜ਼ਿੰਦਗੀ ਲੱਭਣੀ ਹੈ ਉਥੇ ਰਾਹ ਬੰਦ ਕਰੀ ਹੈ ਤੇ ਜਿੰਨਾ ਚੀਜ਼ਾਂ ਦਾ ਕੋਈ ਆਸਰਾ ਨਹੀਂ ਉਹਦੇ ਪਿੱਛੇ ਮਾਰੋ ਮਾਰੀ ਹੈ ਡੰਡੀ ਕੁਝ ਦਿਨਾਂ ਵਿੱਚ ਹੀ ਚਿੜੀਆਂ ਚਹਿਕਣ ਲੱਗ ਪਈਆਂ ਫਿਜ਼ਾ ਨਿਖਰ ਗਈ ਡੰਡੀ ਨਹੀਂ ਤਾਂ ਲੱਗਦਾ ਸੀ ਬਾਤਾਂ ਵਿੱਚ ਹੀ ਕੈਦ ਰਹਿ ਗਏ ਚਿੜੀਆਂ ਤੋਤੇ ਮੈਣਾ ਦੇ ਕਿਸੇ ਡੰਡੀ ਦਿਨ ਕਦੇ ਪੂਰੀ ਤਰ੍ਹਾਂ ਚੜਦਾ ਹੀ ਨਹੀਂ ਸੀ ਡੰਡੀ ਸੂਰਜ ਵੀ ਰੁੱਸਿਆ ਜਿਹਾ ਜਪਦਾ ਸੀ ਤੇ ਰਾਤ ਨੂੰ ਚੰਦ ਵੀ ਸਹਿਮਿਆ ਜਿਹਾ ਡੰਡੀ ਤਰੱਕੀ ਦੇ ਨਾਂ ਤੇ ਕੁਦ ਅਸੀਂ ਕੁਦਰਤ ਨੂੰ ਲਾਂਬੂ ਲਾਉਂਦੇ ਰਹੇ ਡੰਡੀ ਅੱਜ ਕਿਸੇ ਨੂੰ ਪੁੱਛ ਲਵੋ ਘਰ ਦੀ ਕੈਦ ਵਿੱਚ ਕਿਵੇਂ guzara ਹੋ ਰਿਹਾ ਹੈ ਪ੍ਰਸ਼ਨ ਚਿੰਨ ਅਗਲਾ ਕਹੇਗਾ ਪਹਿਲਾਂ ਜਾਨ ਬਚਾਓ ਫਿਰ ਅਗਲੀ ਗੱਲ ਕਰਾਂਗੇ ਡੰਡੀ ਸਿਆਣੀ ਗੱਲ ਹੈ ਪਰ ਜਾਨ ਸਿਰਫ ਇਸ ਬਿਮਾਰੀ ਤੋਂ ਹੀ ਨਾ ਬਚਾਓ ਆਉਣ ਵਾਲੇ ਸਮੇਂ ਵਿੱਚ ਹਰ ਬਿਮਾਰੀ ਤੋਂ ਬਚਾਓ ਡੰਡੀ ਜਾਨਵਰ ਖਾਣ ਨਾਲ ਇਹੋ ਜਿਹੇ ਵਾਇਰਸ ਤੋਂ ਖਤਰਾ ਹੈ ਪਾਣੀ ਗੰਦਲੇ ਕਰਨ ਨਾਲ ਸੋਕਾ ਆਇਆ ਸਮਝੋ ਡੰਡੀ ਹਵਾ ਵਿੱਚ ਜ਼ਹਿਰ ਭਰਨ ਨਾਲ ਫੇਫੜੇ ਦਾ ਕੋਈ ਵੱਡਾ ਰੋਗ ਆਉਣ ਦਾ ਖਤਰਾ ਹੈ ਡੰਡੀ ਕੁਰਸੀ ਨਸ਼ੀਨ ਆਪਣੇ ਹੱਥਾਂ ਵਿੱਚ ਕਈ ਕਿਸਮ ਦੇ ਹਥਿਆਰ ਰੱਖਦੇ ਹਨ ਕਾਨੂੰਨ ਭੰਗ ਕਰਨ ਦੇ ਡੰਡੀ ਕੁਦਰਤ ਦਾ ਹਥਿਆਰ ਅੱਖੋਂ ਉਹਲੇ ਹੈ ਡੰਡੀ ਉਸ ਨੇ ਇੱਕ ਝਟਕੇ ਨਾਲ ਸਾਰੀ ਕਹਾਣੀ ਬਦਲ ਦੇਣੀ ਹੈ ਡੰਡੀ ਸਟਾਪ